ਮੌਕਾ ਜ਼ਿੰਦਗੀ 'ਚ ਕਦੇ ਕਦੇ ਮਿਲਦਾ। ਨੀ ਤੇਰਾ ਵੈਲੀ ਯਾਰ ਤਾਂ ਦਿਨੇ ਵਿਖਾ ਦੂ ਤਾਰੇ, ਨੀ ਤੇਰਾ ਵੈਲੀ ਯਾਰ ਤਾਂ। ਇਹਦਾ ਮਤਲਬ ਤੁਸੀਂ ਦੇਖੇ ਆ ਦਿਨੇ ਤਾਰੇ, ਕੌਣ ਦਿਖਾ ਗਿਆ ਤੁਹਾਨੂੰ ਕੁੱਟ ਕੇ ਦਿਨੇ ਤਾਰੇ? ਗਾਣਾ ਵੀਰੇ ਗਾਣਾ। ਹਾਂ ਉਹ ਤੇ ਮੈਂ ਚਲੋ ਸਮਝ ਗਿਆ, ਤੁਸੀਂ ਗਾਇਆ ਵੀ ਫੀਲ ਲੈਣਾ। ਹਾਂ ਮਹੀਨਾ ਮਹੀਨਾ ਨਹੀਂ ਨਹਾਉਣਾ। ਕਿੰਨੇ? ਐਨੇ। ਅੱਛਾ ਅੱਛਾ, ਤੂੰ ਮਹੀਨਾ ਨਹਾਉਂਦਾ? ਨਹੀਂ ਰੋਜ਼ ਨਹਾਈਦਾ ਜੀ। ਇਹਨਾਂ ਨੂੰ ਕਿੱਦਾਂ ਪਤਾ ਫਿਰ? ਗਰਮੀਆਂ 'ਚ ਤਾਂ ਰੋਜ਼ ਨਹਾਈਦਾ, ਬਸ ਸਰਦੀਆਂ 'ਚ ਲੱਗ ਜਾਂਦੇ 15 ਕੁ ਦਿਨ। 15 ਦਿਨ ਠੰਡ ਹੁੰਦੀ ਹੈ ਨਾ ਜੀ, ਤੇ ਠੰਡ 15 ਦਿਨ ਨਹੀਂ ਹੁੰਦੀ ਇਕੱਲੀ। ਵੈਸੇ ਵੈਸੇ ਵੀਰੇ ਮੈਂ ਗੱਲ ਦੱਸਾਂ, ਜਿੱਦਣ ਨਾ ਇਹਦਾ ਸਾਹ ਹੀ ਘੁੱਟ ਲਈਦਾ 15 ਦਿਨ ਬਾਅਦ ਜੀ। ਇਹੋ ਜਿਹੇ ਨਾ ਇਹੋ ਜਿਹੇ ਵੀਰੇ ਪਾਲੀ ਵੀਰੇ ਹਾਂ ਗੱਲ ਸੁਣ ਲਵਾਂ ਯਾਰ, ਇੱਕ ਜਾਂ ਦੇ ਚੱਜ ਨਾਲ ਗੱਲ ਕਰ, ਮੈਨੂੰ ਤਾਂ ਕਹਿ ਪਾਲੀ ਵੀਰ ਗੱਲ ਸੁਣ ਲੈ, ਪਾਲੀ ਵੀਰ ਗੱਲ ਸੁਣ ਲਾ। ਹਾਂ ਇਹ ਠੀਕ ਹੈ, ਐਟੀਟਿਊਡ 'ਚ ਥੋੜ੍ਹਾ ਜਿਹਾ। ਹਾਂ ਹਾਂ ਐਟੀਟਿਊਡ 'ਚ। ਹਾਂ ਪਾਲੀ ਵੀਰ ਗੱਲ ਸੁਣ ਲਾ। ਸੁਣਾ ਦਾ ਇਹੋ ਜਿਹੇ ਨਾ ਬਾਥਰੂਮ 'ਚ ਸੱਟ ਖਾ ਲੈਂਦੇ, ਨਿੱਕਰ ਪਾਉਣ ਲੱਗੇ ਇੱਕ ਪੈਰ ਪੈ ਜਾਂਦਾ ਤੇ ਦੂਜੇ ਤੇ ਡਿੱਗ, ਤੇ ਡਿੱਗਦੇ ਵੀ ਟੂਟੀ ਤੇ ਟੀ ਵਾਲੀ ਤੇ। ਓ ਯਾਰ ਉਹਨੇ ਦੱਸਿਆ ਨਾ, ਮੇਰੇ ਖਾਗੇ ਪਿਕਚਰ ਆ ਗਈ ਪੂਰੀ ਦੀ ਪੂਰੀ ਕਿ ਵਾਕਈ ਜੇ ਤੂੰ ਬਾਥਰੂਮ ਨਹਾ ਕੇ ਨਿਕਲਦਾ ਹੋਣਾ ਤੇ ਨਿੱਕਰ ਪਾ ਲੈਂਦਾ, ਤੂੰ ਤੇ ਡਿੱਗ ਪੈਂਦਾ ਹੋਣਾ ਉੱਥੇ, ਤੇਰੇ ਸੱਚੀ ਟੂਟੀ ਵੱਜੀ ਕਦੇ ਮੱਥੇ ਦੇ? ਨਹੀਂ ਜੀ। ਤੇ ਇਹੋ ਜਿਹੇ ਨਾ ਮੁੜ ਕੇ ਪਿੱਠ ਦਿਖਾਉਣ ਦੇ, ਮੰਮੀ ਇੱਥੇ ਯਾਰ ਦੇਖੀ ਨੀਲ ਤਾਂ ਨਹੀਂ ਪਿਆ? ਜੇ ਤੂੰ ਨਾ ਕੀਤੀ ਨਾ ਤੇ ਫਿਰ ਵੇਲਾ ਪਾ ਦੱਸ, ਕਦ ਨੀ ਵਧਾਉਣਾ ਚਾਹੁੰਦਾ ਤੂੰ? ਤੂੰ ਨੀ ਚਾਹੁੰਦਾ ਤੇਰਾ ਵਿਆਹ ਹੋਵੇ? ਵਿਆਹ ਤਾਂ ਇੱਦਾਂ ਵੀ ਹੋਈ, ਚਲ ਵਾਜੇ ਫਿਰ ਵਧੀਆ ਦਰਦ ਪਤਾ ਨੀ ਕਿਉਂ ਹੋਣ ਲੱਗ ਗਿਆ, ਤੇ ਵਧੀਆ ਗੱਲ ਹੈ। ਵਧਾਉਣਾ ਚਾਹੁੰਦਾ ਯਾਰ, ਵਧਾਉਣਾ ਚਾਹੁੰਦਾ। ਹਾਂ ਇਹ ਨਾ ਦੋ ਬਾਲ ਹੈ, ਠੀਕ ਹੈ, ਓਏ ਇੰਜ ਕਰਨਾ, ਠੀਕ ਆ, ਹੱਥਾਂ ਦੀ ਵੀ ਐਕਸਰਸਾਈਜ਼ ਹੋਊਗੀ ਤੇਰੇ ਕੱਦ ਦੀ ਵੀ। ਫੜ ਲਾ ਇਹ ਬੋਲੀ ਆ, ਇਹ ਮੋਰਗਾ ਮੁਰਗੀ ਦੇ ਅੰਡੇ ਕੀ ਕਰਨਾ? ਐ ਕਰਦਾ ਇਹਦਾ ਛੋਟਾ ਹੋਣਾ, ਦੋਨਾਂ ਹੱਥਾਂ 'ਚ ਫੜਨਾ, ਇੱਕ ਹੱਥ 'ਚ ਦੂਏ ਮੇਰਾ ਹੱਥ ਛੋਟਾ। ਹੈਲੋ, ਤੂੰ ਆਪਣੇ ਹੱਥ ਨਾਲ ਕਰ ਦਿਆ। ਹੈਲੋ ਹੈਲੋ, ਪਤਾ ਨਹੀਂ ਜੀ, ਫੋਨ ਕਰਦੇ ਪਰ ਗੱਲ ਹੀ ਨਹੀਂ ਕਰਦੇ ਕਈ ਕਾਲ। ਹਾਂ ਫੋਨ ਕਰਕੇ ਆਪ ਰਸੋਈ 'ਚ ਰੋਟੀ ਬਣਾਉਣ ਚੱਲ ਜਾਂਦੇ। ਅੱਛਾ, ਜਦੋਂ ਤੁਸੀਂ ਹੋਣ ਲੱਗੇ ਸੀਗੇ ਤੁਹਾਡੇ ਜਿਹੜੇ ਮੰਮੀ ਸੀਗੇ, ਮਤਲਬ ਜਿੱਦਾਂ ਉਹ ਕੀ ਚਾਹੁੰਦੇ ਸੀਗੇ, ਜਿੱਦਾਂ ਕਿ ਮਤਲਬ ਮੁੰਡਾ ਹੋਵੇ ਕਿ ਕੁੜੀ ਹੋਵੇ? ਜੇ ਮੋਣ ਨਾ ਚਾਹੀਦਾ ਹੋਵੇ ਗੱਲ ਚਾਹੀਦੀ ਕਰ ਲਈਦੀ ਹੁੰਦੀ। ਸਰ ਮੈਨੂੰ ਲੱਗਦਾ ਮੰਮੀ ਚਾਹੁੰਦੀ ਸੀ ਕੁੜੀ ਹੋਵੇ ਤੇ ਡੈਡੀ ਚਾਹੁੰਦੇ ਸੀ ਮੁੰਡਾ ਹੋਵੇ, ਰੱਬ ਕਨਫਿਊਜ਼ ਹੋ ਗਿਆ ਸਰ। ਦੋਨਾਂ ਦੇ ਸੁਣ? ਹਾਂਜੀ ਸਰ। ਸਰ ਮੈਨੂੰ ਕਦੇ ਕਦੇ ਐਂ ਜੇ ਲੱਗਦਾ ਵੀ ਜਿੱਦਾਂ ਕੋਈ ਸਿੰਗਰ ਨੂੰ ਫੋਲੋ ਕਰਦੀ ਆ, ਕਦੇ ਕਦੇ ਆਵਾਜ਼ ਉਹੋ ਜਿਹੀ ਆਉਂਦੀ ਆ ਇਹਦੇ ਵਿੱਚ। ਕਿੱਦਾਂ ਦੀ? ਜਿਸ ਤਰ੍ਹਾਂ ਕਿ ਉਪਰ ਇਦਾਂ ਕੁਛ ਹੈ ਇਹਦੇ ਵਿੱਚ? ਮੈਂ ਸਰ ਇੱਕ ਨਾ ਗਾਣਾ ਬੜਾ ਫੇਮਸ ਹੋ ਰਿਹਾ ਵਿੱਚ ਜੀ। ਸੁਣਾਓ ਸੁਣਾਓ। ਬੋਲ ਡਿੱਗੀ ਹੈ? ਬੋਲ ਜਾ, ਤੂੰ ਵੀ ਡਿੱਗ ਜਾ, ਰਹਿਣ ਦੇ ਡਿੱਗੀ, ਰਹਿਣ ਦੇ ਬਾਅਦ ਚੱਕ ਲਈ, ਚੱਕ ਲੈ ਫਿਰ, ਚੱਕ ਲੈ। ਹਾਂ ਚੱਕ ਲੈ। ਅੱਛਾ ਮੈਨੂੰ ਦੱਸੋ ਹੁਣ ਸ਼ੇਰਵਾਨੀ ਕਿਹਨੇ ਸਵਾਉਣੀ ਫਿਰ? ਤੁਸੀਂ ਕੋਈ ਗਾਣਾ ਸੁਣਾਉਣ ਲੱਗੇ ਸੀ? ਗਾਣਾ ਮੈਨੂੰ ਨਾ ਯਾਦ ਨਹੀਂ ਪ੍ਰੋਪਰ, ਵਿੱਚੋਂ ਜੇ ਕੁਝ ਘਾਚਾ ਮਾਚਾ ਹੋ ਗਿਆ ਫਿਰ ਨਾ ਕਿਉਂ। ਤੁਹਾਨੂੰ ਪਤਾ ਤੁਹਾਡੇ ਵਰਗੇ ਲੰਗਰ ਖਾਣ ਜਾਂਦੇ, ਜਦ ਬਾਂਸ ਵੀ ਲਾਇਆ ਥੱਲੋਂ ਨਿਕਲ ਜਾਂਦੇ। ਤੇ ਤੁਹਾਡੇ ਵਰਗਿਆਂ ਦੀ ਨਾ ਬੱਤੇ ਦੀ ਦੁਕਾਨ ਹੁੰਦੀ ਆ, ਕਿੱਥੇ ਸ਼ਕੰਜਵੀ ਵਾਲੀ ਬੱਤੇ ਜਿਹੜੇ ਬਣਾਉਂਦੇ ਆ, ਇਹਨਾਂ ਵਰਗੇ ਪਤਾ ਮੈਂ ਤੁਹਾਨੂੰ ਦੱਸ ਕੀ ਕਰਦੇ ਆ, ਇਹਨਾਂ ਦੇ ਗੋਲੀ ਵਾਲਾ ਬੱਤਾ ਨਹੀਂ ਹੁੰਦਾ, ਉਹ ਬੱਤਾ ਭੰਨ ਕੇ ਨਾ ਗੋਲੀ ਕੱਢ ਕੇ ਤੇ ਬਾਂਟੇ ਖੇਡਦੇ ਫਿਰਦੇ ਹੁੰਦੇ ਗਲੀਆਂ 'ਚ। ਕੋਈ ਗੱਲ ਨਹੀਂ ਬਣੀ, ਚਲੋ ਵੀ ਵਧੀਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ? ਅਸੀਂ ਫੋਨ ਲਗਾਇਆ ਸੀ ਤੁਹਾਡਾ ਚੱਲ ਰਿਹਾ। ਹਾਂਜੀ ਹਾਂਜੀ, ਉਹਦੇ 'ਚ ਹੀ ਲੱਗਾ ਤੁਹਾਡਾ ਫੋਨ, ਉਹਦੇ 'ਚ ਹੀ ਲੱਗਾ ਜੀ। ਕਿੱਦਾਂ ਦਾ ਲੱਗ ਰਿਹਾ ਸ਼ੋਅ ਤੁਹਾਨੂੰ? ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਸ਼ੋਅ, ਅਸੀਂ ਦੇਖਦੇ ਸੀ ਤੇ ਬੜੇ ਖੁਸ਼ ਹੋ ਰਹੇ ਸੀ। ਅੱਛਾ, ਫਸਟ ਟਾਈਮ ਦੇਖਿਆ? ਹਾਂਜੀ, ਅਸੀਂ ਫਸਟ ਟਾਈਮ ਲਗਾਇਆ ਫੋਨ। ਤੁਸੀਂ ਤਾਂ ਕੀ, ਸ਼ੁਭ ਨਾਮ ਤੁਹਾਡਾ? ਕਮਲਜੀਤ ਜੀ, ਤੁਹਾਨੂੰ ਪਤਾ ਤੁਸੀਂ ਕਿੰਨੇ ਲੇਟ ਹੋ? ਇਹ ਤਾਂ ਤੁਸੀਂ 350 ਐਪੀਸੋਡ ਕੱਢ ਦਿੱਤੇ ਇਹੋ ਜਿਹੜੇ ਤੁਸੀਂ ਨਹੀਂ ਦੇਖੇ। ਹਾਂਜੀ, ਬਸ ਉਹ ਟਾਈਮ ਜਿਹਾ ਨਹੀਂ ਹੀ ਲੱਗਦਾ ਹੈਗਾ। ਅੱਛਾ, ਮਤਲਬ ਤੁਹਾਡੇ ਹਿਸਾਬ ਨਾਲ ਹੀ ਵਿਹਲੇ? ਨਹੀਂ ਨਹੀਂ, ਤੁਸੀਂ ਵਿਹਲੇ, ਤੁਸੀਂ ਵੀ ਬਿਜ਼ੀ ਆ ਜਾਂ ਫਿਰ ਤੁਹਾਡੀ ਵੀ। ਫਿਰ ਜੇ ਅਸੀਂ ਬਿਜ਼ੀ ਹੋ ਗਏ ਤੇ ਫਿਰ ਅਸੀਂ ਆ ਨਹੀਂ ਸਕਦੇ, ਸਾਨੂੰ ਕੋਈ ਬਿਜ਼ੀ ਹੋਣ ਦੀ ਜਗ੍ਹਾ ਹੀ ਇਹ ਆ, ਇਸੇ ਦੇ ਕਰਕੇ ਕਹਿੰਦਾ ਸਾਨੂੰ ਬਿਜ਼ੀ ਹੋਇਆ ਨੂੰ ਦੇਖਿਆ ਕਰੋ, ਤੁਹਾਨੂੰ ਮਜ਼ਾ ਆਏਗਾ। ਸਹੀ ਗੱਲ। ਹਾਂਜੀ ਹਾਂਜੀ, ਠੀਕ ਆ। ਚਲੋ ਸਾਰਾ ਪਰਿਵਾਰ ਦੇਖਦਾ ਸ਼ੋ? ਹਾਂਜੀ ਹਾਂਜੀ, ਬੱਚੇ ਬਹੁਤ ਪਸੰਦ ਕਰਦੇ ਆ, ਦੇਖਦੇ ਵੀ ਅਸੀਂ ਹੁਣ ਵੀ। ਉਹ ਤਾਂ ਬੱਚੇ ਜੋੜੇ ਕਰਕੇ ਪਸੰਦ ਕਰਦੇ ਹੋਣੇ ਕਿ ਨਿੱਕਾ ਟੈਡੀ ਬੇਅਰ ਵੀ ਹੈਗਾ ਸ਼ੋ 'ਚ।
ਸ਼ੁਕਰੀਆ ਬਸ ਏਦਾਂ ਹੀ ਸ਼ੋਅ ਦੇਖਦੇ ਰਹਿਣਾ ਤੁਸੀਂ ਪਿਆਰ ਕਰਦੇ ਰਹਿਣਾ ਜੀ ਸਪੋਰਟ ਕਰਦੇ ਰਹਿਣਾ ਠੀਕ ਹੈ ਜੀ ਕੋਈ ਫਰਮਾਇਸ਼ ਕੋਈ ਸਪੈਸ਼ਲ ਫਰਮਾਇਸ਼ ਹੋਵੇ ਤੁਹਾਡੀ ਨਹੀਂ ਫਰਮਾਇਸ਼ ਬਸ ਇਹੀ ਹੈ ਕਿ ਮਤਲਬ ਕਿ ਵਧੀਆ ਪ੍ਰੋਗਰਾਮ ਤੁਹਾਡਾ ਸਾਰਾ ਕੁਝ ਚੱਲ ਰਿਹਾ ਤੇ ਬਹੁਤ ਵਧੀਆ ਸ਼ੁਕਰੀਆ ਜੀ ਸ਼ੁਕਰੀਆ ਬਸ ਐਦਾਂ ਹੀ ਦੇਖਦੇ ਰਹਿਣਾ ਸ਼ੋਅ ਅਗਲੇ ਕਾਲਰ ਨੂੰ ਵੀ ਲੈ ਲਈਏ ਜੀ ਅਸੀਂ ਫਟਾਫਟ ਹੈਲੋ ਹੈਲੋ ਸਰ ਟੀਵੀ ਦਾ ਵੋਲਿਊਮ ਕੱਟ ਕਰ ਦਿਓ ਪਲੀਜ਼ ਆਲੀ ਸਾਹਿਬ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਪਰ ਟੀਵੀ ਦਾ ਵੋਲਿਊਮ ਕੱਟ ਕਰ ਦਿਓ ਹੋ ਸਕਦਾ ਤਾਂ ਟੀਵੀ ਕਿਤੇ ਪਾਸੇ ਰੱਖਿਆ ਹੋ ਸਾਹਿਬ ਹੋ ਗਿਆ ਹੋ ਗਿਆ ਉਹ ਪਲ ਸਾਹਿਬ ਆ ਤੁਹਾਡਾ ਨਹੀਂ ਕੱਲ ਹੀ ਸ਼ੁਰੂ ਹੋਇਆ ਔਰ ਜਿਹੜਾ ਤੁਸੀਂ ਅੱਜ ਐਪੀਸੋਡ ਦੇਖਿਆ ਉਹ ਅੱਜ ਪਹਿਲਾ ਦੂਸਰਾ ਐਪੀਸੋਡ ਸੀ ਬਹੁਤ ਬਹੁਤ ਮਿਹਰਬਾਨੀ ਸਰ ਬਹੁਤ ਬਹੁਤ ਬਸ ਆਏ ਹਾਏ ਨਹੀਂ ਨਹੀਂ ਅਸੀਂ ਕੋਈ ਗੱਲ ਨਹੀਂ ਜੀ ਤੁਹਾਡੇ ਦਿਲਾਂ ਚ ਵਸਦੇ ਹਾਂ ਵਾਹ ਜੀ ਵਾਹ ਸ਼ੁਕਰੀਆ ਤੁਹਾਨੂੰ ਲੱਗਾ ਹੋਣਾ ਉਧਰੋਂ ਛੱਡ ਕੇ ਕਿਤੇ ਇੱਧਰ ਤੇ ਨਹੀਂ ਆ ਗਏ ਨਹੀਂ ਨਹੀਂ ਸਰ ਤੁਹਾਡਾ ਪਿਆਰ ਖਿੱਚ ਲਿਆਂਦਾ ਜੀ ਪਿਆਰ ਖਿੱਚ ਲਿਆਂਦਾ ਤੁਹਾਡਾ ਸ਼ੁਕਰੀਆ ਸਰ ਸ਼ੁਕਰੀਆ ਬਸ ਏਦਾਂ ਹੀ ਪਿਆਰ ਦਿੰਦੇ ਰਹਿਣਾ ਦੇਖਦੇ ਰਹਿਣਾ ਤੁਸੀਂ ਸ਼ੋਅ ਹੈਲੋ ਹੈਲੋ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਆਸਫ ਸਾਹਿਬ ਕੀ ਹਾਲ ਚਾਲ ਜੀ ਠੀਕ ਠਾਕ ਲਾ ਜੀ ਵਾਰੀ ਜੀ ਸਭ ਠੀਕ ਆ ਮੈਂ ਲੇਟ ਹੋ ਗਿਆ ਥੋੜਾ ਜਿਹਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਮੇਰੀ ਤਰਫੋਂ ਸਾਡਾ ਨਵਾਂ ਪ੍ਰਾਈਮ ਮਿਨਿਸਟਰ ਬਣਿਆ ਉਹਨੂੰ ਮੁਬਾਰਕਬਾਦ ਅੱਛਾ ਜੀ ਤੇ ਮੈਨੂੰ ਆਪ ਨੀ ਪਤਾ ਜੀ ਸਾਲ ਹੋ ਗਿਆ ਅੱਛਾ ਵੜੇਵੇ ਦੇ ਖਲ ਪਾਈਏ ਇਹਨੂੰ ਨਹੀਂ ਰੋਟੀ ਤੇ ਚੱਲਦਾ ਜੀ ਮੈਨੂੰ ਵੀ ਹੈਲਪਰ ਦੀ ਲੋੜ ਹੈ ਅੱਛਾ ਲੱਗਦਾ ਤੁਹਾਡੇ ਨਾਲ ਸਲਾਹ ਮਾੜੀ ਨੀ ਦਿੱਤੀ ਕਰ ਸਕਦੇ ਹੋ ਖੋਤਿਆਂ ਦੀ ਕਟਿੰਗ ਤੁਸੀਂ ਤੁਹਾਡਾ ਬਹੁਤ ਫੈਮਿਲੀਅਰ ਫੇਸ ਆ ਉਹਨਾਂ ਨਾਲ ਜਿੱਥੇ ਕੰਮ ਕਰਦੀ ਉੱਥੇ ਸੈੱਟ ਆ ਉਹਨੂੰ ਬਾਰ ਬਾਰ ਕਿਉਂ ਹਿਲਾ ਰਹੀ ਹੋ ਰਹਿਣ ਦੋ ਇੰਨੀ ਗੰਦੀ ਸ਼ਕਲ ਇਹਦੀ ਮੈਂ ਨੀ ਸਿਉਣਾ ਸੂਟ ਇਹੋ ਜਿਹੀਆਂ ਨਾ ਮੂੰਹ ਦੀ ਬਦਬੂ ਦੂਰ ਕਰ ਲਈ ਨਾ ਰਾਤ ਨੂੰ ਲੌਂਗ ਜੀਭ ਤੇ ਰੱਖ ਕੇ ਸੌਂਦੀਆਂ ਹੋਰ ਕੀ ਜਾਣ ਦੀ ਮੈਂ ਤੇਰੇ ਵਰਗੀ ਹਾਂ ਸਰ ਕੱਲ ਟਿਫਨ ਆਇਆ ਸੀ ਅੱਜ ਮਿਕਸ ਵੈੱਜ ਆ ਗਈ